ਰਾਹਤ ਭਰੀ ਖਬਰ ਰਾਜਸਥਾਨ ਦੇ ਵੱਲੋਂ ਅਬੋਹਰ ਨੇੜਿਓਂ ਆ ਰਹੀ ਹੈ। ਪੰਜਾਬ ਅਤੇ ਰਾਜਸਥਾਨ ਦੇ ਬਾਰਡਰ ਖੋਲ੍ਹ ਦਿੱਤੇ ਗਏ ਨੇ, ਜਿਹੜੇ ਕਿ ਕਿਸਾਨਾਂ ਨੂੰ ਰੋਕਣ ਦੇ ਲਈ 12 ਤਰੀਕ ਤੋਂ ਲੈ ਕੇ ਹੁਣ ਤੱਕ ਲਗਾਤਾਰ ਬੰਦ ਕੀਤੇ ਹੋਏ ਸੀ, ਮੁਕੰਮਲ ਬੰਦ ਕੀਤਾ ਹੋਇਆ ਸੀ। ਇਹ ਰਾਹਤ ਆਮ ਲੋਕਾਂ ਦੇ ਲਈ ਖੁਸ਼ਖਬਰੀ ਹੈ। ਪੰਜਾਬ ਅਤੇ ਰਾਜਸਥਾਨ ਦੇ ਆਉਣ ਜਾਣ ਵਾਲੇ ਲੋਕ ਜਿਹੜੇ ਰੋਜ਼ਾਨਾ ਅਪ ਡਾਊਨ ਕਰਦੇ ਨੇ, ਅਬੋਹਰ ਦੇ ਲੋਕਲ ਜਿਹੜੇ ਨੇ ਰਾਜਸਥਾਨ 'ਚ ਜਾ ਕੇ ਕਾਰੋਬਾਰ ਕਰਦੇ ਨੇ, ਉਹਨਾਂ ਦੇ ਲਈ ਵੱਡੀ ਖਬਰ ਹੈ। ਪੰਜਾਬ ਰਾਜਸਥਾਨ ਦੇ ਬਾਰਡਰ ਖੋਲ੍ਹ ਦਿੱਤੇ ਗਏ ਨੇ, ਜਿਹੜੇ ਬੈਰੀਗੇਟ ਲਗਾਏ ਹੋਏ ਸੀ ਪੁਲਿਸ ਨੇ ਉਹਨਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਤਾਂ ਪੰਜਾਬ ਰਾਜਸਥਾਨ ਬਾਰਡਰ ਨੂੰ ਪਿਛਲੇ ਦਿਨਾਂ ਦੇ ਵਿੱਚ ਰਾਜਸਥਾਨ ਸਰਕਾਰ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਚੱਲਦੇ ਬੰਦ ਕਰ ਦਿੱਤਾ ਗਿਆ ਸੀ, ਲੇਕਿਨ ਹੁਣ ਰਾਜਸਥਾਨ ਸਰਕਾਰ ਦੇ ਵੱਲੋਂ ਬੰਦ ਕੀਤੇ ਹੋਏ ਇਹਨਾਂ ਬਾਰਡਰਾਂ ਨੂੰ ਖੋਲ੍ਹ ਦਿੱਤਾ ਗਿਆ ਹੈ, ਜਿਸ ਦੇ ਕਰਕੇ ਨੈਸ਼ਨਲ ਹਾਈਵੇ ਅੱਜ ਫਿਰ ਜਿਹੜੀ ਆਵਾਜਾਈ ਹੈ ਉਹ ਬਹਾਲ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ 12 ਫਰਵਰੀ ਤੋਂ ਲੈ ਕੇ ਲਗਾਤਾਰ ਇਹਨਾਂ ਬੈਰੀਗੇਟਾਂ ਨੂੰ ਲਗਾਇਆ ਗਿਆ ਸੀ, ਜਿਸ ਕਰਕੇ ਆਮ ਲੋਕ ਜਿਹੜੇ ਪੰਜਾਬ ਅਤੇ ਰਾਜਸਥਾਨ ਦੋਹਾਂ ਪਾਸੇ ਆਉਂਦੇ ਜਾਂਦੇ ਸੀ, ਆਪਣਾ ਵਪਾਰ ਕਰਦੇ ਸੀ, ਦੋਨਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਪੰਜਾਬ ਤੋਂ ਜਿਹੜੇ ਰਾਜਸਥਾਨ ਲੋਕ ਵਪਾਰ ਕਰਨ ਦੇ ਲਈ ਜਾਂਦੇ ਸੀ ਉਹਨਾਂ ਨੂੰ ਵੀ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਟ੍ਰੇਨਾਂ ਰਾਹੀਂ ਜਾਣਾ ਬਹੁਤ ਔਖਾ ਹੋ ਗਿਆ ਸੀ, ਫਲਾਈਟਾਂ ਮਹਿੰਗੀਆਂ ਹੋ ਗਈਆਂ ਸੀ ਅਤੇ ਇੱਕ ਆਖਰੀ ਜਿਹੜਾ ਸਾਧਨ ਹੈ ਉਹ ਸੜਕ ਹੈ। ਸੜਕ ਦੇ ਰਾਹੀਂ ਆਰਾਮ ਦੇ ਨਾਲ ਬਾਰਡਰ ਕ੍ਰੋਸ ਕਰਕੇ ਰਾਜਸਥਾਨ ਜਾਇਆ ਜਾ ਸਕਦਾ ਹੈ। ਅਬੋਹਰ ਵਾਲੇ ਪਾਸਿਓਂ ਤਾਂ ਲੋਕ ਉਸੇ ਤਰੀਕੇ ਦੇ ਨਾਲ ਜਾਂਦੇ ਸੀ, ਆਪਣਾ ਕਾਰੋਬਾਰ ਚਲਾਉਂਦੇ ਸੀ, ਅਤੇ 12 ਤਰੀਕ ਤੋਂ ਲੈ ਕੇ 12 ਫਰਵਰੀ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਆਖਿਰਕਾਰ ਉਹ ਬਾਰਡਰ ਖੋਲ੍ਹ ਦਿੱਤੇ ਗਏ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ, ਤਾਂ ਕਿ ਜਿਹੜੇ ਕਿਸਾਨ ਨੇ ਉਹ ਬਾਰਡਰਾਂ 'ਤੇ ਉਹ ਦਿੱਲੀ ਵੱਲ ਕੂਚ ਨਾ ਕਰ ਸਕਣ। ਤਾਂ ਸਰਕਾਰਾਂ ਦੇ ਵੱਲੋਂ ਬਾਰਡਰ ਜਾਮ ਕੀਤੇ ਗਏ, ਅੱਡ ਅੱਡ ਸੂਬਿਆਂ ਦੀ ਸਰਕਾਰਾਂ ਨੇ ਬਾਰਡਰ ਜਾਮ ਕੀਤੇ, ਜਿਸ ਤੋਂ ਬਾਅਦ ਹੁਣ ਬਾਰਡਰ ਖੋਲ੍ਹ ਦਿੱਤੇ ਗਏ ਨੇ। ਤਾਂ ਵੱਡੀ ਖੁਸ਼ਖਬਰੀ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਅਤੇ ਲੋਕਾਂ ਦੇ ਵਿੱਚ ਜਿਹੜੇ ਆਮ ਉੱਥੇ ਦੇ ਵਸਨੀਕ ਨੇ, ਖੁਸ਼ੀ ਦੀ ਲਹਿਰ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਅਬੋਹਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਰਾਜਸਥਾਨ ਪੰਜਾਬ ਬਾਰਡਰ ਖੋਲ੍ਹ ਦਿੱਤਾ ਗਿਆ ਹੈ। ਅਤੇ ਮੈਂ ਹੁਣ ਗੰਗਾਨਗਰ ਤੋਂ ਆਇਆ ਰਹਿਣ ਵਾਲਾ ਫਾਜ਼ਿਲਕਾ ਦਾ, ਅਤੇ 12 ਤਰੀਕ ਦੇ ਬਾਰਡਰ ਬੰਦ ਸੀ, ਬਹੁਤ ਪਰੇਸ਼ਾਨ ਸੀ। ਆਹ ਹੁਣ ਬਾਰਡਰ ਖੁੱਲ੍ਹੇ ਆ ਅਤੇ ਸਾਨੂੰ ਬੜੀ ਖੁਸ਼ੀ ਹੈ ਵੀ ਸਾਡਾ ਜੋ ਕੰਮ ਕਾਰ ਠੱਪ ਹੋਇਆ ਪਿਆ ਸੀ ਹੁਣ ਚੱਲਿਆ। ਇਹ ਤਾਂ ਸਰਕਾਰ ਨੂੰ ਪਤਾ ਕਿ ਅੰਦੋਲਨ ਚੱਲੀ ਜਾਂਦਾ ਹੈਗਾ, ਕਿ ਕਿਸਾਨਾਂ ਦਾ ਅੰਦੋਲਨ ਚੱਲੀ ਜਾਂਦਾ ਹੈਗਾ, ਇਹ ਉਹਦੇ ਕਰਕੇ ਬਾਰਡਰ ਬੰਦ ਕੀਤੇ। ਸਾਨੂੰ ਬਾਰਡਰ ਬੂਰਡਰ ਬੰਦ ਕਰਕੇ ਕੀ ਲੈਣਾ ਹੈਗਾ ਵੀ ਜੋ ਅੰਦੋਲਨ ਚੱਲ ਰਿਹਾ ਉਹਨਾਂ ਦਾ ਦਿਓ, ਹੱਕ ਦਿਓ, ਕਿਸਾਨਾਂ ਦਾ ਹੱਕ ਦਿਓ ਜਿਹੜਾ ਹੈਗਾ। ਤੁਹਾਨੂੰ ਅੱਜ ਹੋ ਗਏ 15 ਦਿਨ ਹੋ ਗਏ ਉੱਥੇ ਬੈਠੇ ਹਾਂ, ਸਾਨੂੰ 12 ਤਰੀਕ ਅਸੀਂ ਬੈਠੇ ਹਾਂ ਉੱਥੇ। ਇਹ ਬਹੁਤ ਵਧੀਆ ਲੱਗਾ, ਅੱਜ ਆਉਣਾ ਜਾਣਾ ਸਭ ਦੁਨੀਆ ਨੂੰ ਸੌਖਾ ਹੋ ਗਿਆ, ਸਾਰੇ ਆਵਾਜਾਈ ਠੱਪ ਹੋ ਗਈ, ਕੋਈ ਬਿਮਾਰ ਸਮਾਰ ਆਦਮੀ ਦਾ ਉਹਦੀ ਬਹੁਤ ਸਹੂਲਤ ਵਧੀਆ ਹੋ ਗਈ ਇਸ ਚੀਜ਼ ਦੀ। ਅਤੇ ਪਹਿਲਾਂ ਬਹੁਤ ਤੰਗ ਸੀ, ਪਰੇਸ਼ਾਨ ਸੀ ਲੋਕ, ਕਈ ਦਿਨ ਹੋ ਗਏ, ਕੋਈ 10-15 ਦਿਨ, ਜਿੰਨੇ ਦਿਨ 15-20 ਦਿਨ ਬੀਤੇ ਆ, ਬਹੁਤ ਔਖੇ ਬੀਤੇ ਦੁਨੀਆ ਦੇ, ਆਵਾਜਾਈ ਦਾ ਬਹੁਤ ਪ੍ਰਭਾਵ ਪਿਆ ਇਸ ਚੀਜ਼ 'ਤੇ। ਆਸੇ ਪਾਸੇ ਦੇ ਪਿੰਡਾਂ ਵਿੱਚ ਦੀ ਜੀ ਬੜੀ ਦਿੱਕਤ ਹੁੰਦੀ ਸੀ, ਪਾਸੇ ਪਾਸੇ ਕੋਈ ਪਿੰਡਾਂ ਵਿੱਚ ਦੀ ਜਾਂਦਾ, ਕੋਈ ਕਿਵੇਂ, ਕੋਈ ਜਾਮ 'ਚ ਫਸ ਗਿਆ, ਬਹੁਤ ਬੁਰੇ ਹਾਲਾਤ ਹੁੰਦੇ, ਆਉਣਾ ਜਾਣਾ ਬਹੁਤ ਦਿੱਕਤ ਸੀ। ਸਰਕਾਰ ਨੂੰ ਇਹ ਚਾਹਵਾਂਗੇ ਵੀ ਜਿੰਨੀ ਵੀ ਸਹੂਲਤ ਹੋ ਸਕੇ ਜੋ ਮੰਗਾਂ ਕਰਕੇ ਪੂਰੀਆਂ, ਅਤੇ ਆਪਦਾ ਉਹ ਜ਼ਿਮੀਂਦਾਰਾਂ ਦੇ ਕੋਈ ਜੋ ਵੀ ਸੁਣਾਈ ਕਰਨ। ਪਰੇਸ਼ਾਨੀ ਇਹ ਹੈ ਵੀ ਬਾਰਡਰ ਬੰਦ ਸੀ ਅਤੇ ਅਸੀਂ ਬਹੁਤ ਤੰਗ ਹੈ, ਜੋ ਵੀ ਮੰਨ ਲਓ ਇਹ ਕਿਸਾਨਾਂ ਕਰਕੇ ਹੈਗਾ, ਜੋ ਕਿਸਾਨਾਂ ਦਾ ਹੱਕ ਹੈਗਾ ਉਹਨਾਂ ਨੂੰ ਦਿੱਤਾ ਜਾਵੇ, ਬਸ ਅੱਜ ਬਾਰਡਰ ਖੁੱਲ੍ਹ ਗਈ, ਸਾਨੂੰ ਬਹੁਤ ਖੁਸ਼ੀ ਹੈ ਜੀ। ਜੋ ਕਿਸਾਨਾਂ ਦਾ ਹੈਗਾ ਕਿਸਾਨਾਂ ਨੂੰ ਮਿਲਣਾ ਚਾਹੀਦਾ, ਅਤੇ ਐਵੇਂ ਪਰੇਸ਼ਾਨ ਲੋਕ ਹੋਈ ਜਾਂਦੇ ਨੇ ਉਹਦਾ ਕੀ ਫਾਇਦਾ। ਥਾਣਾ ਖੁੱਲ੍ਹੀਆਂ ਸਰ, ਇਹ 15-20 ਦਿਨਾਂ ਤੋਂ ਘੱਟੋ, ਅੱਜ 15-16 ਦਿਨ ਹੋ ਗਏ ਜੀ ਇਹ ਬੰਦ ਸੀ, ਰਾਜਸਥਾਨ ਸਰਕਾਰ ਨੇ ਬੰਦ ਕੀਤਾ ਸੀ, ਰਸਤਾ ਬੰਦ ਸੀ, ਪਬਲਿਕ ਨੂੰ ਬਹੁਤ ਪਰੇਸ਼ਾਨੀ ਆਉਂਦੀ ਸੀ। ਸਾਡੇ ਸੀਨੀਅਰ ਸਨਮਾਨਯੋਗ SSP ਸਾਹਿਬ, ਬਰਾੜ ਸਾਹਿਬ,
ਡਿਪਟੀ ਸਾਹਿਬ ਮੁੰਡਨ ਸਾਹਿਬ ਅਤੇ ਮਾਣਯੋਗ ਸਾਡੇ SHO ਸਾਹਿਬ ਦੇ ਹੁਕਮਾਂ ਦੇ ਮੁਤਾਬਕ ਵੀ ਅਸੀਂ ਸਾਨੂੰ ਉਹਨਾਂ ਕਿਹਾ ਸੀ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਪਬਲਿਕ ਨੂੰ। ਅਸੀਂ ਕੋਸ਼ਿਸ਼ ਕਰਦੇ ਸੀ ਵਿੱਚ ਅਸਲ ਅਸੀਂ ਡਿਵਾਈਡ ਕਰ ਦਿੰਦੇ ਸੀ ਰਸਤੇ ਰੂਟ ਚੇਂਜ ਕੀਤੇ ਸੀ ਜਿੱਦਾਂ ਸਾਨੂੰ ਸੀਨੀਅਰ ਅਫਸਰਾਂ ਨੇ ਕਿਹਾ ਸੀ ਵੀ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਅਸੀਂ ਤਰੀਕੇ ਨਾਲ ਉਹਨਾਂ ਨੂੰ ਅਟੈਂਡ ਕਰ ਦਿੰਦੇ ਸੀ ਜੀ ਦੂਜੇ ਪਾਸਿਓਂ ਰੂਟ ਰਾਹੀਂ ਭੇਜ ਦਿੰਦੇ ਸੀ ਜੀ। ਹੁਣ ਪਬਲਿਕ ਨੂੰ ਸੁੱਖ ਦਾ ਸਾਹ ਆਇਆ ਜੀ, ਬਾਰਡਰ ਖੁੱਲ੍ਹ ਗਿਆ ਜੀ, ਹੁਣ ਆਮ ਦੀ ਤਰ੍ਹਾਂ ਜਨਤਾ ਚੱਲਣ ਲੱਗ ਪਈ ਜਿੱਦਾਂ ਪਹਿਲਾਂ ਚੱਲਦੀ ਸੀ ਜੀ, ਅਤੇ ਇਹ ਖੁੱਲ੍ਹ ਗਿਆ ਬਾਰਡਰ ਜੀ। ਇਹ ਪੁੱਛ ਦੁਗਾਰੀ ਵਾਦ ਦੇ ਅਨੁਸਾਰ 12 ਤਰੀਕ ਬੰਦ ਹੋਇਆ ਤਾਂ ਤੋ ਕੱਲ ਆਦੇਸ਼ ਜਾਰੀ ਕੋ ਆਏ ਉਸ ਅਨੁਸਾਰ ਕੱਲ 2 ਸੇ 5 ਵਜੇ ਬੀਚ 3 ਘੰਟੇ ਖੋਲ ਦਿਆ। ਸੋ ਜੋ ਵੀ ਆਗੇ ਉੱਚ ਅਧਿਕਾਰੀ ਕੋ ਆਦੇਸ਼ ਹੋ ਗਏ ਉਸ ਹਿਸਾਬ ਬੰਦ ਕਰਨਾ ਹੈ ਜਾਂ ਖੋਲ੍ਹਣਾ ਚਲਤਾ ਰਹੇਗਾ ਉਸ ਹਿਸਾਬ ਸੇ। ਇਹ ਕਿਸਾਨ ਅੰਦੋਲਨ ਕਰ ਅਭੀ ਇਹ ਚਲਤਾ ਰਹੇ ਜਿਸ ਆਦੇਸ਼ ਕੀ ਪਾਲਣਾ ਅਗਰਿਮ ਆਦੇਸ਼ ਤੱਕ ਚਲਤਾ ਰਹੇਗਾ ਇਹ ਖੁੱਲ੍ਹਾ। ਮੈਂ ਗੰਗਾ ਨਗਰ ਜਾ ਰਿਹਾ ਸੀ ਅੱਜ, ਇਹ ਬਾਰਡਰ ਕਾਫੀ ਲੰਬੇ ਸਮੇਂ ਤੋਂ 20-21 ਦਿਨਾਂ ਤੋਂ ਬੰਦ ਸੀ, ਹੁਣ ਕੁਛ ਰਾਤ ਮਿਲੀ ਹੈ ਸਾਨੂੰ ਬਾਰਡਰ ਖੁੱਲ੍ਹਣ ਕਰਕੇ, ਕਿਉਂਕਿ ਕਿਸਾਨ ਅੰਦੋਲਨ ਲੈ ਕੇ ਇਹਨਾਂ ਨੇ ਬਾਰਡਰ ਬੰਦ ਕੀਤਾ ਸੀ, ਨਾ ਤਾਂ ਇੱਧਰੋਂ ਕੋਈ ਕਿਸਾਨ ਆ ਰਿਹਾ ਸੀ ਇਸ ਬਾਰਡਰ ਜਰੀਏ ਨਾ ਜਾ ਰਿਹਾ ਸੀ। ਜਿਹਦਾ ਸਭ ਤੋਂ ਵੱਡਾ ਫੈਕਟ ਸਾਡੇ ਅਬੋਹਰ ਫਾਜ਼ਿਲਕਾ ਜ਼ਿਲ੍ਹੇ ਨੂੰ ਕਿੰਨੂ ਦੇ ਰੇਟਾਂ 'ਚ ਪਿਆ, ਹੁਣ ਤੱਕ ਕਿੰਨੂ ਦੇ ਰੇਟ ਜਿਹੜੇ ਅੱਜ 7-8 ਰੁਪਏ ਨੇ ਉਹ 20-25 ਆਉਣ ਦੀ ਸੰਭਾਵਨਾ ਸੀ। ਅਸੀਂ ਹੁਣ ਕੁਛ ਥੋੜ੍ਹੀ ਬਹੁਤੀ ਉਮੀਦ ਕਰ ਸਕਦੇ ਹਾਂ, ਜਿਹੜਾ ਸਾਡਾ 40% ਲਗਭਗ ਕਿੰਨੂ ਦਾ ਰਕਬਾ ਖੜ੍ਹਾ ਅਤੇ ਉਹਦੇ 'ਚ ਛਾਲ ਆਉਣ ਦੀ ਰੇਟਾਂ ਦੀ ਪੂਰੀ ਸੰਭਾਵਨਾ। ਪੂਰਾ ਪੂਰਾ ਪੰਜਾਬ ਹੀ ਪਰੇਸ਼ਾਨ ਸੀ, ਸਾਰਾ ਸਾਊਥ ਦੇਖੋ ਤੁਸੀਂ, ਇੱਧਰ ਤੱਕ ਦੇਸ਼ ਦਾ ਇੱਥੋਂ ਸ਼ੁਰੂ ਹੁੰਦਾ, ਸਾਰਾ ਸਾਊਥ ਤੱਕ ਸਾਰਾ ਦੇਸ਼ ਹੀ ਇੱਧਰ ਹੈ, ਸਾਰੇ ਲੋਕ ਪਰੇਸ਼ਾਨ ਸੀ। ਸਾਨੂੰ ਪੂਰੀ ਰਾਤ ਮਿਲੀ ਹੈ ਜੀ। ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਧਰਨਾ ਲਾਉਣਾ ਜਾਂ ਪ੍ਰੋਟੈਸਟ ਕਰਨਾ ਸਾਡਾ ਰਾਈਟ ਹੈ, ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨ ਲੈਣੀਆਂ ਚਾਹੀਦੀਆਂ। ਅਸੀਂ ਇਸ ਦੇਸ਼ ਦੇ ਵਾਸੀ ਹਾਂ, ਨਾ ਕੋਈ ਅੱਤਵਾਦੀ ਨਹੀਂ ਹਾਂ।